ਇੱਕ ਲੜਕੀ ਦਾ ਘਰ ਦੇ ਵਿੱਚ ਹੀ ਵੜ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਅਕਸਰ ਇਸ ਲੜਕੀ ਦੇ ਵੱਲੋਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਸੀ। ਜੋ ਵੀ ਕੋਈ ਆਉਂਦਾ ਸੀ ਇਸ ਦੇ ਘਰ ਤਾਂ ਉਸ ਨੂੰ ਇਹ ਖਾਣਾ ਖਵਾ ਕੇ ਭੇਜਦੀ ਸੀ। ਤਾਂ ਦੱਸ ਦਈਏ ਕਿ ਹੁਣ ਇਸ ਲੜਕੀ ਦਾ ਹੀ ਕਤਲ ਕਰ ਦਿੱਤਾ ਜਿਸ ਦੇ ਨਾਲ ਇਲਾਕੇ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਹਾਲਾਂਕਿ ਇਸ ਲੜਕੀ ਦੇ ਮਾਤਾ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਲੜਕੀ ਆਪਣੇ ਘਰ ਦੇ ਵਿੱਚ ਇਕੱਲੀ ਹੀ ਰਹਿੰਦੀ ਸੀ ਤੇ 44 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਅਕਸਰ ਹੀ ਇਹ ਲੜਕੀ ਸ਼ਾਮ ਨੂੰ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਦੀ ਸੀ ਅਤੇ ਆਪਣੇ ਘਰ ਦੇ ਵਿੱਚ ਜੇਕਰ ਕੋਈ ਗਰੀਬ ਆਉਂਦਾ ਸੀ ਤਾਂ ਉਸ ਨੂੰ ਕੱਪੜੇ ਦੇਣਾ ਜਾਂ ਫਿਰ ਉਸਦੀ ਕੋਈ ਨਾ ਕੋਈ ਜ਼ਰੂਰ ਮਦਦ ਕੀਤੀ ਜਾਂਦੀ ਸੀ। ਪਰ ਕਿਹਾ ਜਾ ਰਿਹਾ ਕਿ ਹੁਣ ਅਚਾਨਕ ਹੀ ਇਸ ਲੜਕੀ ਦਾ ਕਤਲ ਹੋ ਗਿਆ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮੁਹੱਲੇ ਦਾ ਹੀ ਇੱਕ ਛੋਟਾ ਜਿਹਾ ਬੱਚਾ ਜਦੋਂ ਇਸ ਲੜਕੀ ਦੇ ਕੋਲ ਟੋਫੀ ਲੈਣ ਦੇ ਲਈ ਗਿਆ ਤਾਂ ਉਸਨੇ ਦੇਖਿਆ ਕਿ ਲੜਕੀ ਜ਼ਮੀਨ 'ਤੇ ਡਿੱਗੀ ਹੋਈ ਹੈ ਅਤੇ ਲਹੂ ਲੁਹਾਨ ਹੋਈ ਪਈ ਹੈ। ਤਾਂ ਜਿਸ ਤੋਂ ਬਾਅਦ ਉਸ ਬੱਚੇ ਨੇ ਜਾ ਕੇ ਬਾਹਰ ਲੋਕਾਂ ਨੂੰ ਦੱਸਿਆ ਅਤੇ ਲੋਕ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਇਸ ਲੜਕੀ ਦਾ ਕਤਲ ਹੋਇਆ ਪਿਆ ਸੀ। ਤਾਂ ਉਸਨੂੰ ਦੇਖਦੇ ਲੋਕਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ। ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਤਾਂ ਦੇਖਿਆ ਜਾਂਦਾ ਕਿ ਅੰਦਰ ਲੜਕੀ ਦਾ ਕਤਲ ਹੋਇਆ ਪਿਆ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਮੇਰਾ ਨਾਮ ਪ੍ਰਭਜੀਤ ਸਿੰਘ ਹੈ ਜੀ, ਮੈਂ ਈਸਟ ਗੋਬਿੰਦ ਨਗਰ ਦਾ ਨਿਵਾਸੀ ਹਾਂ ਅਤੇ ਤਕਰੀਬਨ 6:30 ਦੀ ਗੱਲ ਹੈ, ਇੱਥੋਂ ਲੰਘਣ ਡਏ ਤਾਂ ਰਸ਼ ਪਿਆ ਸੀ ਅਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ। ਅਤੇ ਉਹ ਵੇਖਾ ਮੁੜ ਕੇ ਫੋਨ 'ਤੇ, ਮੈਂ ਹੀ 112 'ਤੇ ਕਾਲ ਕੀਤੀ ਪੁਲਿਸ ਨੂੰ, ਫਿਰ ਉਹ ਆਏ ਆ ਪੁਲਿਸ ਵਾਲੇ, ਹੁਣ ਦੇਖਣ ਦੇ ਇਨਕੁਆਇਰੀ ਕਰ ਰਹੇ ਆ। ਲੜਕੀ ਜਿਹੜੀ ਥੋੜ੍ਹੀ ਮੈਂਟਲੀ ਅਪਸੈਟ ਸੀ ਕਹਿੰਦੇ, ਅਤੇ ਬਾਪ ਦੀ ਮਕਾਨ ਉਹਦਾ ਆਪਣਾ ਹੈ ਅਤੇ ਉਹ ਇਹੋ ਕੁਝ ਮਕਾਨ ਜਿਹੜੀ ਪੈਨਸ਼ਨ ਪੁਨਸ਼ਨ ਆਉਂਦੀ ਸੀ ਲੱਗੀ ਜਿਹੜੀ, ਉਹ ਲੋਕਾਂ ਨੂੰ ਦਾਨ ਦੂਨ ਕਰਦੀ ਸੀ, ਟਕਸ਼ੇ ਰੁਕਸ਼ੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ, ਬਸ ਇਹੋ ਕੁਝ। ਸ਼ਾਇਦ ਉਹੀ ਕੰਮ ਜਿਹੜਾ ਇਹਦੀ ਮੌਤ ਦਾ ਕਾਰਨ ਬਣਿਆ। ਬੱਚੇ ਕੋਈ ਬੱਚਾ ਨਹੀਂ, ਅਨਮੈਰਿਡ। ਕਿੰਨੀ ਉਮਰ? 40-45 ਸਾਲ ਦੀ ਉਮਰ ਹੈ। ਲੰਘਣ ਡੇ ਦੁਨੀਆ ਅੰਦਰ, ਫਿਰ ਉਹ ਇੱਥੇ ਬੱਚਿਆਂ ਨੂੰ ਨਾ ਟੋਫੀਆਂ ਟਾਫੀਆਂ ਬੜੀਆਂ ਵੰਡਦੀ ਹੁੰਦੀ, ਟੋਫੀਆਂ ਬੱਚਿਆਂ ਨੂੰ ਖਵਾ ਦੇਣੀਆਂ। ਉਹ ਇੱਕ ਛੋਟੀ ਜਿਹੀ ਬੱਚੀ ਅੰਦਰ ਲੈਣ ਗਈ, ਟੋਫੀਆਂ ਵੀ ਚੱਲ ਲੈ ਕੇ ਆਉਂਦੀ ਆ, ਉਹਨੇ ਜਦੋਂ ਅੰਦਰ ਖੂਨੋ ਖੂਨੀ ਹੋਇਆ ਵੇਖਿਆ ਤੋ ਆਣ ਕੇ ਇਹਨਾਂ ਨੇ ਆਰ ਐਸ ਬੇਕਰੀ ਵਾਲੇ ਦੀ ਮੰਮੀ ਨੂੰ ਦੱਸਿਆ ਵੀ ਆਹ ਕੰਮ ਹੋਇਆ ਅੰਦਰ। ਫਿਰ ਕਿੰਨੀ ਦੇਰ ਤੋਂ ਇੱਥੇ? ਬੜੇ ਚਿਰ ਤੋਂ, ਸ਼ੁਰੂ ਤੋਂ ਹੀ ਇੱਥੇ ਰਹੇ ਜੀ। ਕੀ ਨਾਮ ਸੀ ਜੀ? ਕੁੜੀ ਦਾ ਨਾਂ ਹਰਪ੍ਰੀਤ ਕੌਰ ਰੋਜੀ, ਰੋਜੀ ਮੇਰਾ। ਚਾਚੇ ਤਾਏ ਪੁੱਤ ਭਰਾ ਹੈਗੇ ਨੇ, ਬਾਕੀ ਹੋਰ ਕੋਈ ਨਹੀਂ। ਪਹੁੰਚੇ ਨੇ ਕੋਈ? ਸਾਰੇ ਇੱਥੇ ਨੇ ਜੀ, ਇੱਥੇ ਖੜੇ ਹੋਣੇ। ਆਓ ਖਲੋਤੇ ਸਾਰਾ ਪਰਿਵਾਰ ਉਹਨਾਂ ਦਾ। ਆਹ ਜਿਹੜੇ ਚਾਚਾ ਜੀ ਜਿਹੜੇ ਗੇਟ ਬੰਦ ਕਰਨ ਡੇ, ਉਹਨਾਂ ਦੇ ਕੋਈ ਸੀਸੀਟੀਵੀ ਤੋਂ ਕਿਸੇ ਤੇ ਕੋਈ ਨਹੀਂ? ਇਹਨਾਂ ਦੀ ਕੈਮਰਾ ਤਾਂ ਕੋਈ ਨਹੀਂ ਲੱਗਾ ਜੀ, ਨਾ ਕੋਈ ਇੱਥੇ ਕਵਰੇਜ ਆ ਰਿਹਾ ਕਿਸੇ ਚੀਜ਼। ਕੀ ਲੱਗਦਾ ਤੁਹਾਨੂੰ ਵੀ ਕੋਈ ਕਤਲ ਕੁਤਲ ਹੋ ਸਕਦਾ ਜੀ? ਕੀ ਕਿਹਾ ਜਾ ਸਕਦਾ, ਕੋਈ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਸਭ ਕੁਝ ਹੈ ਜੀ। ਕਿੰਨੇ ਕੁ ਵਜੇ ਦੀ ਗੱਲ ਹੈ ਜੀ? ਇਹ ਕੋਈ 3:30 ਤੋਂ 5:30 ਦੇ ਵਿੱਚ ਦਿਆ ਕੰਮ, ਕਿਉਂਕਿ 3:30 ਵਜੇ ਇੱਥੋਂ ਆਉਂਦੀ ਅੰਦਰ ਵੇਖੀ ਆ ਅਤੇ ਮੁੜ ਕੇ 5:30 ਵਜੇ ਰੌਲਾ ਪੈ ਗਿਆ, 6 ਵਜੇ ਨਾ ਵੀ ਆਹ ਕੰਮ ਹੋ ਗਿਆ, ਉਹਦੇ ਵਿੱਚ ਵਿੱਚ ਹੀ ਆ ਜੋ ਕੁਛ ਹੋਇਆ। ਇੱਥੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਹਰਪ੍ਰੀਤ ਕੌਰ ਹੈ ਇੱਥੇ, ਡਾਕਟਰ ਹਰਪਾਲ ਸਿੰਘ ਉਹਦੀ ਜਿਹੜੀ ਹੈਗੀ ਹੈ ਇੱਥੇ ਡੈੱਡ ਬੋਡੀ ਪਈ ਹੈ। ਹੁਣ ਆ ਕੇ ਚੈੱਕ ਕੀਤਾ ਉੱਥੇ, ਮਤਲਬ ਉਹਦੇ ਧੌਣ 'ਚ ਜ਼ਖਮ ਹੈਗੇ ਨਿਸ਼ਾਨ ਅਤੇ ਬੋਡੀ ਪਈ ਹੈ, ਬਾਕੀ ਹੁਣ ਆਸੇ ਪਾਸੇ ਕਰ ਰਹੇ ਹਾਂ, ਨੌਕਾ ਮਲਾ ਜਿਹਾ ਕਰ ਰਹੇ ਹਾਂ। ਸਰ ਕੀ ਲੱਗਦਾ ਵੀ ਮਰਡਰ ਹੋਇਆ ਜਾਂ ਨੈਚੁਰਲੀ ਹੈ ਜੀ ਮਰਡਰ? ਹਾਂਜੀ, ਪਿਛਲੇ ਸਮੇਂ ਤੋਂ ਇਹਦੇ ਮਾਤਰ ਜਿਹੜੇ ਫਾਦਰ ਅਤੇ ਮਦਰ ਆ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਸੀ ਅਤੇ ਉਹਦੇ ਕਰਕੇ ਥੋੜ੍ਹਾ ਇਕੱਲੀ ਸੀ ਅਤੇ ਇੱਕ ਡਿਪਰੈਸ਼ਨ 'ਚ ਵੀ ਸੀ। ਕਿੰਨੇ ਕੁ ਏਜ ਸੀ ਇਹਨਾਂ ਦੀ? 40+। ਸਰ ਕਿਹੜਾ ਇਲਾਕਾ ਪੈਂਦਾ ਜੀ? ਇਹ ਗੋਬਿੰਦ ਨਗਰ ਜੀ। ਹਾਂਜੀ, ਸਾਨੂੰ ਵੀ ਨਾ ਆਪਣਾ ਅਸੀਂ ਤਾਂ ਆਏ ਹਾਂ, ਸਾਨੂੰ ਫੋਨ ਆਇਆ ਅਤੇ। ਹਾਂਜੀ, ਕਿੰਨੇ ਕੁ ਵਜੇ ਤੁਹਾਨੂੰ ਫੋਨ ਆਇਆ ਜੀ?
ਸਾਨੂੰ ਕੋਈ ਆਇਆ ਸੀ ਕੋਈ ਆਪਣਾ ਸਾਡੇ 6-7 ਤੁਹਾਡੇ ਕੌਣ ਲੱਗਦੇ ਸੀ ਜਿਹਨਾਂ ਦੀ ਸਾਡੀ ਭਤੀਜੀ ਆ ਸਾਡੀ ਭਤੀਜੀ ਹੈ ਅਤੇ ਇਕੱਲੇ ਹੀ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਇਹਦੇ ਕੋਈ ਬੱਚੇ ਕੋਈ ਬੱਚਾ ਕੋਈ ਨਹੀਂ ਇਹਨਾਂ ਦਾ ਮੰਮੀ ਡੈਡੀ ਦਾ ਡੈਥ ਹੋ ਗਈ ਸੀ ਨਾਮ ਕੀ ਸੀ ਇਹਨਾਂ ਦਾ ਇਹਦਾ ਹਰਮੀਤ ਆਪਣਾ ਹਰਮਿੰਦਰ ਇਹੋ ਜਿਹੇ ਨਾਮ ਗੋਚ ਕਿੰਨੀ ਉਮਰ ਸੀ ਇਹਨਾਂ ਦੀ 44 ਸਾਲ ਦੀ 44 ਸਾਲ ਦੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀ ਸਾਨੂੰ 7 ਵਜੇ ਆਇਆ ਇਕੱਲੇ ਰਹਿੰਦੇ ਸੀ ਜੀ ਇਹ ਇਕੱਲੇ ਹੀ ਰਹਿੰਦੇ ਕੋਈ ਕਾਰਨ ਪਤਾ ਲੱਗ ਸਕਿਆ ਕਿ ਕਿੱਦਾਂ ਦੇਖੋ ਜੀ ਹੁਣ ਕੀ ਕਹਿ ਸਕਦੇ ਹਾਂ ਇੱਥੇ ਆਪਣਾ ਸਮਾਨ ਦਾ ਭਰਿਆ ਪਿਆ ਸੀਗਾ ਕਈ ਆਇਆ ਜਾਣ ਪੁੰਨੇ ਨੇ ਕਰਕੇ ਸਾਰੇ ਦੇ ਸਾਰੇ ਜਾਣ ਪੁੰਨ ਕਰਕੇ ਦੇ ਸੀ ਬੱਚੇ ਆਉਂਦੇ ਉਹਨਾਂ ਨੂੰ ਟੋਫੀਆਂ ਟਾਫੀਆਂ ਲੈ ਕੇ ਦਿੰਦੀ ਕਿਸੇ ਨੂੰ ਕੁਝ ਰਸ਼ਕੇ ਵਾਲੇ ਸੀ ਇਹਨਾਂ ਨੂੰ ਰਸ਼ਕੇ ਲੈ ਕੇ ਦਿੱਤੇ ਆਉਂਦੇ ਆ ਇਹਨਾਂ ਨੂੰ ਚਾਹ ਚੂਹ ਪਿਆ ਕੇ ਅਤੇ ਦੇ ਦਿੰਦੀ ਰੋਸ਼ਨ ਪਾਣੀ ਬੜਾ ਕਰਦੇ ਆ ਕਿੰਨੇ ਕੁ ਵਜੇ ਦਾ ਹਾਦਸਾ ਜੀ ਹਾਦਸਾ ਮੈਨੂੰ ਨਹੀਂ ਪਤਾ ਮੈਂ ਨਾ ਮੈਨੂੰ ਲੇਟ ਹੀ ਪਤਾ ਲੱਗਾ ਮਹੱਲਾ ਕਿਹੜਾ ਵੱਜਦਾ ਜੀ ਗੋਬਿੰਦ ਨਗਰ ਤੁਸੀਂ ਇੱਥੋਂ ਦੇ ਰਹਿਣ ਵਾਲੇ ਵਸਨੀਕ ਹੋ ਜੀ ਹਾਂਜੀ ਮੈਂ ਭੈਣ ਹੈ ਦੀ ਚਾਚੇ ਦੀ ਕੁੜੀ ਅੱਛਾ ਤਾਈ ਦੀ ਕੁੜੀ ਅੱਛਾ ਤਾਈ ਦੀ ਕੁੜੀ ਤੁਹਾਡੀ ਚਾਚੀ ਸਿਸਟਰ ਸੀ ਹਾਂਜੀ ਮੇਰੇ ਤੋਂ ਵੱਡੀ ਸੀ ਅਤੇ ਕੋਈ ਪਤਾ ਨਹੀਂ ਲੱਗਿਆ ਵੀ ਕੀ ਕਿੱਦਾਂ ਹੋਇਆ ਵੀ ਕੀ ਇਹਨਾਂ ਦਾ ਕੋਈ ਹਾਦਸਾ ਹੋਇਆ ਜਾਂ ਮਰਡਰ ਹੋਇਆ ਇਹਨਾਂ ਦਾ ਕੋਈ ਇਹਨਾਂ ਨਹੀਂ ਪਤਾ ਨਹੀਂ ਪਤਾ ਨਹੀਂ ਲੱਗੇ ਪੁਲਿਸ ਵੱਲੋਂ ਕੀ ਕਿਹਾ ਗਿਆ ਹੁਣ ਪੁਲਿਸ ਦੀ ਦਵਾਈ ਹੈ ਪਤਾ ਨਹੀਂ ਆਇਆ ਅੰਦਰ ਇਹਨਾਂ ਜਾਣਦੇ ਅੱਛਾ ਜਾਣਦੇ